ਯੂਨੀਫਾਰਮ ਸਿਵਲ ਕੋਡ ਦੇ ਨਾਲ ਥੱਲੇ ਮੁਸਲਮ ਪਰਸਨਲ ਲਾਅਰ ਦੂਜੇ ਮਜ਼ਬਬਾਂ ਦੇ ਜਿਹੜੇ ਕਾਨੂੰਨ ਨੇ ਉਹਨੂੰ ਬਿਲਕੁਲ ਖਤਮ ਕਰਨਾ ਚਾਹੁੰਦੇ ਨੇ ਕਰਨਾਟਕਾ ਹਾਈ ਕੋਰਟ ਕਹਿ ਰਿਹਾ ਜੀ ਅਸੀਂ ਸੁਣਵਾਈ ਇਹਦੀ ਅਜੇ ਕਰ ਰਹੇ ਹਾਂ ਪਰ ਜਦੋਂ ਤੱਕ ਇਹ ਸੁਣਵਾਈ ਮੁਕੰਮਲ ਹੋ ਕੇ ਅਸੀਂ ਫੈਸਲਾ ਨਹੀਂ ਦਿੰਦੇ ਕੋਈ ਵੀ ਧਾਰਮਿਕ ਵਰਦੀ ਪਾ ਕੇ ਕਾਲਜ ਦੇ ਵਿੱਚ ਨਾ ਆਏ ਮਤਲਬ ਇਹ ਹੈ ਕਿ ਉਹਨਾਂ ਬੱਚੀਆਂ ਦੇ ਕਾਲਜ ਜਾਣ ਦੇ ਉੱਤੇ پابੰਦੀ ਹੈ ਕਿ ਚੋਣ ਕਰੋ ਤੁਸੀਂ ਆਪਣੇ ਧਰਮ ਔਰ ਪੜ੍ਹਾਈ 'ਚੋਂ ਇੱਕ ਚੁਣੋ ਕਿ ਜੇ ਤੁਸੀਂ ਹਜਾਬ ਪਹਿਨਣਾ ਤਾਂ ਮਤ ਆਓ ਇਸ ਡਿਬੇਟ ਨੂੰ ਖੜੇ ਕਰਦੇ ਆ ਜਿਵੇਂ ਸੈਂਕੜਿਆਂ ਦੀ ਗਿਣਤੀ 'ਚ ਉਹਦਾ ਦੇ ਸ਼ਾਲ ਵੰਡ ਕੇ ਦੂਜੇ ਬਾਹਰੋਂ ਗੁੰਡੇ ਲਿਆ ਆ ਕੇ ਕਾਲਜ ਦੇ ਵਿੱਚ ਲਿਆਉਂਦੇ ਕੋਟ ਉਸ ਡਰੈੱਸ ਨੂੰ ਉਸ ਹਜਾਬ ਨੂੰ ਜਿਹੜਾ ਮਜ਼ਬ ਦਾ ਹਿੱਸਾ ਬੇਸਿਕਲੀ ਇਸਲਾਮਿਕ ਤਜ਼ੀਬ ਦਾ ਹਿੱਸਾ ਹੈ ਤੇ ਕਾਨੂੰਨ ਜਾਂ ਡੈਮੋਕ੍ਰੇਸੀ ਜਾਂ ਸੈਕੂਲਰ ਸਿਸਟਮ ਦਾ ਇਹ ਹੁੰਦਾ ਹੈ ਕਿ ਭਾਈ ਤੁਸੀਂ ਉਸ ਨੂੰ ਪੂਰਾ ਵੇਟੇਜ ਦਿੰਦੇ ਹੋ ਹੁਣ ਸੁਪਰੀਮ ਕੋਰਟ ਦਾ ਵਰਤਾਰਾ ਦੇਖੋ ਸੁਪਰੀਮ ਕੋਰਟ ਅਗੇਨ ਰਿਫਿਊਜ਼ਸ ਟੂ ਇੰਟਰਵੈਨ ਔਨ ਕਰਨਾਟਕਾ ਹਿਜਾਬ ਰੋ ਚੀਫ ਜਸਟਿਸ ਆਫ ਇੰਡੀਆ ਸੇਜ਼ ਵੀ ਆਰ ਆਲਸੋ ਵਾਚਿੰਗ ਵਾਟਸ ਹੈਪਨਿੰਗ ਇਨ ਦਾ ਸਟੇਟ ਕਨਸਟੀਟਿਊਸ਼ਨਲ ਕਨਸਟੀਟਿਊਸ਼ਨਲ ਰਾਈਟਸ और फॉर एवरीबॉडी एंड दिस कोर्ट विल प्रोटेक्टेड वी विल लिस्ट इट एट एप्रोप्रिएट टाइम कर्नाटक हाई कोर्ट ਤੁਹਾਡੀ ਆਜ਼ਾਦੀ ਖੋ ਰਿਹਾ ਹੈ ਸੁਪਰੀਮ ਕੋਰਟ ਉਹਦੇ ਤੇ ਇੰਟਰਵੈਨ ਕਰਨ ਨੂੰ ਤਿਆਰ ਨਹੀਂ ਹੈ ਕਿ ਜੀ ਅਸੀਂ ਵਾਚ ਕਰ ਰਹੇ ਹਾਂ ਦੀ ਸੋਨਮ ਕਪੂਰ ਐਮੀ ਕਾਮਜ਼ਨ ਕਵਿਤਾ ਕ੍ਰਿਸ਼ਨਨ ਐਟ ਸ cetera ਆਰ ਪੋਸਟਿੰਗ ਪਿਕਚਰਸ ਆਫ ਅਮਰਤਾ ਹਰੀ ਸਿਕਸ ਵਿਦ देयर टर्ਬਨਸ ਐਂਡ ਕਿਰਪਾਨਸ along with pictures of hijabi Muslim women saying, how come one is allowed and other is not? ਦਰਸ਼ਕ ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਸੋ ਵੀਅਰਸ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਰਨਾਟਕਾ ਕੇਸ ਦੇ ਹਵਾਲੇ ਨਾਲ ਕਿ ਕਰਨਾਟਕਾ ਵਿੱਚ ਬੀਜੇਪੀ ਵੱਲੋਂ ਪ੍ਰਕਾਹ ਪੜਕਾ ਹੜ ਭਰੇ ਮਾਹੌਲ ਵਿੱਚ ਉਭਾਰਿਆ ਗਿਆ ਹਿਜਾਬ ਦਾ ਇਸ਼ੂ ਹੁਣ ਹਰ ਪਾਸੇ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸੋ ਕਰਨਾਟਕਾ ਹਾਈ ਕੋਰਟ ਦੇ ਇੰਟਰਿਮ ਪੱਖਪਾਤੀ फैसले ਤੋਂ ਬਾਅਦ ਪਾਰਟੀ ਸੁਪਰੀਮ ਕੋਰਟ ਨੇ ਫੌਰਨ ਸੁਣਵਾਈ ਕਰਨ ਤੋਂ ਨਾ ਕਰ ਦਿੱਤੇ ਹੈ ਔਰ ਦੂਸਰੇ ਪਾਸੇ ਇਸ ਨੂੰ ਬੜੀ ਚਲਾਕੀ ਨਾਲ ਸਿੱਖਾਂ ਦੀ ਦਸਤਾਰ ਨਾਲ ਜੋੜਿਆ ਜਾ ਰਿਹਾ ਹੈ ਔਰ ਸਿੱਖ ਮੁੱਦਿਆਂ ਤੇ ਚੁੱਪ ਰਹਿਣ ਵਾਲਿਆ ਖੋਤੀ ਲਿਬਰਲ ਹਿਜਾਬ ਮੁੱਦੇ ਨੂੰ ਗਲਤ ਢੰਗ ਨਾਲ ਪੇਸ਼ ਕਰ ਰਹੇ ਹਨ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਅਜਿਹੀ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਹਿੰਦੂ ਰਾਸ਼ਟਰ ਦੇ ਜਿਹੜੇ ਡਿਫਰੈਂਟ ਹਿਊਜ਼ ਨੇ ਅੱਡਡ ਸ਼ੇਡਸ ਨੇ ਉਹ ਤੁਹਾਨੂੰ ਹਰ ਚੜਦੇ ਸੂਰਜ ਨਜ਼ਰ ਆ ਰਹੇ ਨੇ ਕਿਵੇਂ ਉਹਨਾਂ ਨੇ ਹਰ ਇੰਸਟੀਚਿਊਸ਼ਨ ਨੂੰ ਬਿਲਕੁਲ ਕੰਟਰੋਲ ਕਰ ਲਿਆ ਜਾਂ ਡਮੀ ਬਣਾ ਲਿਆ ਜਾਂ ਟੂ ਲੁੱਕ ਦਾ ਅਦਰ ਵੇ ਵਾਂਗ ਬਿਹੇਵ ਕਰਨ ਤੇ ਲਾ ਦਿੱਤਾ ਹੈ ਉਸ ਦੇ ਵਿੱਚ ਜ਼ਾਹਰ ਹੈ ਪਹਿਲਾ ਕੰਟਰੋਲ ਤਾਂ ਉਹਨਾਂ ਨੇ ਮੀਡੀਆ ਤੇ ਕੀਤਾ ਹੈ ਮੀਡੀਆ ਦੇ ਹਵਾਲੇ ਨਾਲ ਹੀ ਅਮਾਨੀ ਅਡਾਨੀ ਇਹਨਾਂ ਸਾਰਿਆਂ ਨੇ ਮੀਡੀਆ ਨੂੰ ਜਿਵੇਂ ਵਰਤਿਆ 24/7 2014 ਚ ਮੋਦੀ ਨੂੰ ਗੱਦੀ ਦੇ ਉੱਤੇ ਬਿਰਾਜਮਾਨ ਕੀਤਾ ਔਰ ਫਿਰ ਇਹ ਸਾਰਾ ਹੀ ਸੋ ਕਾਲਡ ਮੇਨਸਟ੍ਰੀਮ ਮੀਡੀਆ ਹੀ ਨਹੀਂ ਕਿਵੇਂ ਉਹਨਾਂ ਨੇ ਆਪਣਾ ਆਈਟੀ ਸੈੱਲ ਦੇ ਹਜ਼ਾਰਾਂ ਲੋਕ ਏਮਪਲੋਏ ਕੀਤੇ ਔਰ ਅਮਨੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਜੀ ਅਸੀਂ ਜਿਹੜਾ ਇਨੇ ਮਿਲੀਅਨ ਦੇ ਮੈਂਬਰ ਵਾਲੇ ਸਾਡੇ ਗਰੁੱਪ ਨੇ ਔਰ ਖਬਰ ਸੱਚੀ ਹੋਵੇ ਜਾਂ ਝੂਠੀ ਮੈਟਰ ਨਹੀਂ ਕਰਦਾ ਅਸੀਂ ਰੋਜ਼ਾਨਾ ਬ੍ਰੇਕਫਾਸਟ ਤੋਂ ਪਹਿਲਾਂ WhatsApp ਦੇ ਉੱਤੇ ਮੈਸੇਜ ਪਹੁੰਚਾ ਦਿੰਦੇ ਸੋ ਇਨੀ ਵੱਡੀ ਟ੍ਰੋਲ ਫੋਰਸ ਜਿਹੜੀ ਹੈ ਮੇਰਾ ਨਹੀਂ ਖਿਆਲ ਕਿ ਇਸ ਧਰਤੀ ਦੇ ਉੱਤੇ ਕਿਸੇ ਵੀ ਹੋਰ ਮੌਕੇ ਅਸੀਂ 나ਜ਼ੀਆਂ ਦੀ ਗੱਲ ਕਰਦੇ ਹਾਂ ਉਹਨਾਂ ਜ਼ਮਾਨਿਆਂ 'ਚ ਤਾਂ ਇਹ ਇਸ ਲੈਵਲ ਤੇ ਹੈ ਹੀ ਨਹੀਂ ਸੀ ਮੋਸਟਲੀ ਵਰਡ ਆਫ ਦਾ ਮਾਊਥ ਸੀ ਜਾ ਉਹਨਾਂ ਦੇ ਸਕਿਉਰਿਟੀ ਦਸਤਿਆਂ ਦੇ ਕੋਲ ਹਦਾਇਤਾਂ ਸੀ ਲੇਕਿਨ ਹੁਣ ਤਾਂ ਇਹਨਾਂ ਨੇ ਚਾਰ ਚਫੇਰਿਓ ਇਸ ਨੂੰ ਕੰਟਰੋਲ ਕੀਤਾ ਔਰ ਪਾਰਲੀਮੈਂਟ ਅਸੈਂਬਲੀਆਂ ਉਹਨਾਂ ਦੇ ਵਿੱਚ ਤਾਂ ਇਹਨਾਂ ਦੀ ਬਰੂਟ ਮੈਜੋਰਟੀ ਪਾਰਲੀਮੈਂਟ ਚ ਇਹਨਾਂ ਨੇ ਲਈ ਝੂਠ ਬਣਾ ਕੇ ਪੁਲਵਾਮਾ ਔਰ ਦੂਸਰੇ ਦਾ ਲੇਕਿਨ ਅਸੈਂਬਲੀਆਂ ਜਿਵੇਂ ਇਹਨਾਂ ਨੇ ਕਾਬੂ ਕੀਤੀਆਂ ਨਾਰਥ-ਈਸਟ ਦੀਆਂ ਸਟੇਟਾਂ ਹੀ ਤਾਂ ਜਿਹੜੇ ਪੂਰੀ ਦੀ ਪੂਰੀ ਆਪੋਜੀਸ਼ਨ ਸੀ ਉਹ ਸਾਰੀ ਖਰੀਦ ਲਈ ਤੇ ਜਾਂ ਅਸੀਂ ਦੇਖਦੇ ਹਾਂ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਸੀਬੀਆਈ ਇੰਕਮ ਟੈਕਸ ਇਹਨਾਂ ਦੇ ਰੀਡ ਕਰਵਾ ਕੇ ਜਿੱਥੇ ਵੀ ਕੋਈ ਲੱਗਾ ਕਿ ਭਾਈ ਕੋਈ ਆਰਡਰ ਹੈ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਆਪਣੇ ਜ਼ੇਰ ਕੀਤਾ ਹੁਣ ਅਦਾਲਤਾਂ ਦਾ ਸਿਸਟਮ ਜੁਡੀਸ਼ਰੀ ਇੱਕ ਜ਼ਮਾਨਾ ਸੀ ਕਿ ਕਦੇ ਏ ਸੀ ਕੇ ਦੇਖੋ ਅਲਾਬਾਦ ਇੱਕ ਜੱਜ ਨੇ ਇੰਦਰਾ ਗਾਂਧੀ ਨੂੰ ਅਨਸੀਟ ਕਰ ਦਿੱਤਾ ਸੀ ਕਿ ਬਈ ਕਰਪਟ ਪ੍ਰੈਕਟਿਸਿਜ਼ ਕੀਤੀਆਂ ਹਾਲਾਂ ਉਦੋਂ ਵੀ ਇੰਦਰਾ ਗਾਂਧੀ ਨੇ ਸੁਪਰੀਮ ਕੋਰਟ ਤੋਂ ਆਪਣੇ ਹੱਕ 'ਚ ਫੈਸਲਾ ਲੈ ਲਿਆ ਸੀ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਤੁਹਾਨੂੰ ਉਹ ਨਜ਼ਰ ਆ ਜਾਂਦਾ ਸੀ ਐਮਰਜੈਂਸੀ ਦੇ ਚੱਲਦੇ ਆ ਵੀ ਦੂਜੇ ਵੀ ਕਿ ਜਿੱਥੇ ਜੁਡੀਸ਼ਰੀ ਨੇ ਥੋੜੀ ਬਹੁਤ ਡਿਸੈਂਸ਼ਨ ਦਿੱਤੀ ਲੇਕਨ ਹੁਣ ਜੇ ਤੁਸੀਂ ਸੁਪਰੀਮ ਕੋਰਟ ਤੋਂ ਲੈ ਕੇ ਕਿਉਂਕਿ ਬਾਕੀ ਜ਼ਿਲ੍ਹਾ ਲੈਵਲ ਤੇ ਸੈਸ਼ਨ ਲੈਵਲ ਤੇ ਤਾਂ ਸਮਝ ਆ ਸਕਦੀ ਹੈ ਕਿ ਲੋਕਲ ਗਵਰਨਮੈਂਟ ਇਨਫਲੂਐਂਸ ਕਰਦੀ ਹੈ ਜਾਂ ਕਿਤੇ ਪੈਸਾ ਚੱਲਦਾ ਪਰ ਜੇ ਹੁਣ ਅਸੀਂ ਜਸਟਿਸ ਮਾਰਕੰਡੇ ਕਾਟਜੂ ਦੀ ਗੱਲ ਮੰਨੀਏ ਕਿ ਭਈ 90% ਦੀ ਸੁਪਰੀਮ ਕੋਰਟ ਦੇ ਜੱਜ ਕਰਪਟ ਨੇ ਜਿਹੜੇ 10% ਨੇ ਉਹ ਵੈਸੇ ਹੀ ਹਿੰਦੂਤਵੀ ਨੇ ਔਰ ਕਰਪਟ ਤਾਂ ਉਹ ਵੀ ਨੇ ਹੁਣ ਇਸਾਰੇ ਦੇ ਚਲਦੇ ਆ ਜੇ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਪਿਛਲੇ ਪੀਰੀਅਡ ਦੇ ਦੇਖੀਏ ਉਹ ਟ੍ਰਿਪਲ ਤਲਾਕ ਦੇ ਉੱਤੇ ਹੋਏ ਉਹ ਬਾਬਰੀ ਮਸਜਿਦ ਦੇ ਉੱਤੇ ਹੋਏ ਔਰ ਤੁਸੀਂ ਦੇਖੋ ਕਿ 5 ਨਵੰਬਰ 2019 ਤੋਂ ਜੰਮੂ ਕਸ਼ਮੀਰ ਦਾ ਆਰਟੀਕਲ 370 ਸੂਬੇ ਦਾ ਸਟੇਟਸ ਖਤਮ ਕੀਤਾ ਹੋਇਆ ਹੈ ਹੰਡਰਡਸ ਆਫ ਪੈਟੀਸ਼ਨ ਸੁਪਰੀਮ ਕੋਰਟ ਕੋਲ ਪਈਆਂ ਨੇ ਲੇਕਿਨ ਹੁਣ 2 ਸਾਲ ਹੋ ਜਾਣਾ ਨੇ ਅਪ੍ਰੈਲ ਆ ਗਿਆ ਜੀ ਔਰ ਸੁਪਰੀਮ ਕੋਰਟ ਕੋਲ ਟਾਈਮ ਹੀ ਨਹੀਂ ਹੈ ਕਿ ਉਹਨੂੰ ਉਹ ਹਿਅਰ ਕਰੇ ਹੁਣ ਅਸੀਂ ਗੱਲ ਹਿਜਾਬ ਰੋਧ ਦੇ ਮਾਮਲੇ ਨਾਲ ਜਦੋਂ ਗੱਲ ਹੁੰਦੀ ਹੈ ਕਿ ਵੀ ਕਿਵੇਂ ਇਹਨਾਂ ਨੇ ਕਸ਼ਮੀਰ ਦਾ ਤਾਂ ਇਹਨਾਂ ਕ ਅਚਾਨਕ ਲਿਆ ਕੇ ਖੜਾ ਕਰ ਦਿੱਤਾ ਕਿ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਭਾਈ ਇਹਨਾਂ ਨੇ ਕਸ਼ਮੀਰ ਦਾ ਸਟੇਟਸ ਹੀ ਖਤਮ ਕਰ ਦੇਣਾ ਜਾਂ ਮੋਦੀ ਅਮਿਤ ਸ਼ਾਹ ਨੂੰ ਜਾਂ ਨਾਗਪੁਰ ਦੇ ਹੈੱਡਕੁਆਰਟਰ ਵਾਲਿਆਂ ਨੂੰ ਪਤਾ ਸੀ ਹੁਣ ਜਿਹੜਾ ਇਹ ਦੂਸਰਾ 파ਰਟ ਆਪਣਾ ਇੰਪਲੀਮੈਂਟ ਕਰਨਾ ਚਾਹੁੰਦੇ ਨੇ ਯੂਨੀਫਾਰਮ ਸਿਵਲ ਕੋਡ ਦੇ ਨਾਂ ਥੱਲੇ ਮੁਸਲਮ ਪਰਸਨਲ ਲਾਅਰ ਦੂਜੇ ਮਜ਼ਬਾਂ ਦੇ ਜਿਹੜੇ ਕਾਨੂੰਨ ਨੇ ਉਹਨੂੰ ਬਿਲਕੁਲ ਖਤਮ ਕਰਨਾ ਚਾਹੁੰਦੇ ਨੇ ਉਹਦੇ ਲਈ ਕਿਤੇ ਨਾ ਕਿਤੇ ਟ੍ਰਿਪਲ ਤਲਾਕ ਵੀ ਉਸ ਹਿੱਸੇ ਦੀ ਡਿਬੇਟ ਸੀ ਜੇ ਉਹਨਾਂ ਦੇ ਲਈ ਕਿਉਂ ਕਿਉਂਕਿ ਇਸਲਾਮਿਕ ਲਾਅ ਦੇ ਥੱਲੇ ਉਹ ਉਹਨਾਂ ਨੂੰ ਰਾਤ ਸੀ ਪਰ ਉਹ ਉਹਨਾਂ ਨੇ ਉਹਨੂੰ ਨੈਗੇਟ ਕੀਤਾ ਕਾਨੂੰਨਨ ਤੌਰ ਤੇ ਅੱਛਾ ਹੁਣ ਜਿਹੜੀ ਕਰਨਾਟਕਾ ਦੇ ਇੱਕ ਸਰਕਾਰੀ ਕਾਲਜ ਦੇ ਵਿੱਚ ਹਿਜਾਬ ਨੂੰ ਲੈ ਕੇ ਜਿਸ ਕਿਸਮ ਦੀ ਜਿਹੜੀ ਹੈ ਉਹ ਸ਼ਰਾਰਤ ਕੀਤੀ ਗਈ ਔਰ ਅਸੀਂ ਬੀਬੀ ਮੁਸਕਾਨ ਖਾਨ ਦਾ ਵੀ ਜ਼ਿਕਰ ਕੀਤਾ ਸੀ ਉਹਨਾਂ ਨੂੰ ਲਗਾਤਾਰ ਟ੍ਰਿਬਿਊਟ ਹੈ ਉਹਨਾਂ ਦੀ ਬਹਾਦਰੀ ਨੂੰ ਲੇਕਿਨ ਤੁਸੀਂ ਦੇਖੋਗੇ ਕਿ ਇਹ ਗੱਲ ਇੱਕ ਥਾਂ ਤੱਕ ਨਹੀਂ ਰਹੀ ਉਹਨੂੰ ਹੋਰ ਥਾਵਾਂ ਤੇ ਫਲਾਇਆ ਗਿਆ ਕਰਨਾਟਕਾ ਦੀਆਂ ਹੀ ਬਾਕੀ ਥਾਵਾਂ ਤੇ ਅਸੀਂ ਮੱਧ ਪ੍ਰਦੇਸ਼ ਦਾ ਜ਼ਿਕਰ ਵੀ ਕੀਤਾ ਹੈ ਹੁਣ ਤੁਸੀਂ ਦੇਖੋਗੇ ਕਿ ਜਿਵੇਂ ਉਹਨਾਂ ਦਾ ਇੱਕ ਕੰਮ ਕਰਨ ਦਾ ਢੰਗ ਹੈ ਕਿ ਸੋਸ਼ਲ ਮੀਡੀਆ ਔਰ ਦੂਜੇ ਤੀਜੇ ਦੇ ਉੱਤੇ ਵੀ ਉਹਨਾਂ ਨੇ ਔਰ ਜਿਹੜੇ ਉਹਨਾਂ ਦੀਆਂ ਜ਼ਰਖਰੀ ਦੇ ਕੰਗਨਾਰ ਨੌਤ ਵਰਗੀਆਂ ਉਹਨਾਂ ਦੀਆਂ ਜਿਹੜੀਆਂ ਸ਼ੋ ਪੀਸੇਸ ਰੱਖੀਆਂ ਹੋਈਆਂ ਉਹਨਾਂ ਦੀ ਵੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ ਸਾਰੇ ਤੇ ਪਰ ਪਹਿਲਾਂ ਅਸੀਂ ਕਾਨੂੰਨੀ ਗੱਲ ਕਰੀਏ ਕਿ ਜ਼ਾਹਰ ਹੈ ਕਿ ਇਹ ਇਸ਼ੂ ਜਦੋਂ ਕਿ ਇਸ ਕਿਸਮ ਦਾ ਬੁਰਕਾ ਜ ਬੁਰਕਾ ਨਹੀਂ ਹਿਜਾਬ ਹਿਜਾਬ ਪਹਿਣ ਦੇ ਪਹਿਨਣ ਦੇ ਉੱਤੇ ਪਾਬੰਦੀ ਵਾਲੀ ਗੱਲ ਆਈ ਤੇ ਤੁਸੀਂ ਅਦਾਲਤ ਚ ਜਾਂਦੇ ਹੋ ਅਦਾਲਤ ਚੋਂ ਕੇਸ ਹਾਈ ਕੋਰਟ ਚ ਕਰਨਾਟਕਾ ਦੇ ਚਲਾ ਗਿਆ ਅ ਉਹਦੇ ਚ ਵੀ ਫੁੱਲ ਬੈਂਚ ਦੇ ਸਾਹਮਣੇ ਆ ਗਿਆ ਹੁਣ ਤੁਸੀਂ ਦੇਖੋ ਕਿ ਅਦਾਲਤਾਂ ਕਿਵੇਂ ਇਹਨਾਂ ਨੇ ਕੰਟਰੋਲ ਕੀਤੀਆਂ ਹੋਈਆਂ ਹੁਣ ਕਰਨਾਟਕਾ ਹਾਈ ਕੋਰਟ ਕਹਿ ਰਿਹਾ ਜੀ ਅਸੀਂ ਸੁਣਵਾਈ ਇਹਦੀ ਅਜੇ ਕਰ ਰਹੇ ਹਾਂ ਪਰ ਜਦੋਂ ਤੱਕ ਇਹ ਸੁਣਵਾਈ ਮੁਕੰਮਲ ਹੋ ਕੇ ਅਸੀਂ ਫੈਸਲਾ ਨਹੀਂ ਦਿੰਦੇ ਕੋਈ ਵੀ ਧਾਰਮਿਕ ਵਰਦੀ ਪਾ ਕੇ ਕਾਲਜ ਦੇ ਵਿੱਚ ਨਾ ਆਏ ਨਹੀਂ ਜਿਹੜਾ ਉਹ ਭਗਵਾ ਸ਼ਾਲ ਲੈ ਕੇ ਕੋਈ ਆਏ ਨਹੀਂ ਕੋਈ ਹਿਜਾਬ ਪਹਿਨ ਕੇ ਹੁਣ ਪਹਿਲਾਂ ਤਾਂ ਤੁਸੀਂ ਦੇਖੋ ਕਿ ਭਗਵਾ ਸ਼ਾਲ ਨਾ ਤਾਂ ਕੋਈ Hindu dress code ਹੈ ਨਾ ਹੀ ਕੋਈ Hindu ਧਰਮ ਦਾ ਹਿੱਸਾ ਹੈ ਇਹ ਤਾਂ ਉਹਨਾਂ ਨੇ ਇਸ ਡਿਬੇਟ ਨੂੰ ਖੜੇ ਕਰਦੇ ਆ ਜਿਵੇਂ ਸੈਂਕੜਿਆਂ ਦੀ ਗਿਣਤੀ ਚੋਂ ਦਾਦੇ ਸ਼ਾਲ ਵੰਡ ਕੇ ਦੂਜੇ ਬਾਹਰੋਂ ਗੁੰਡੇ ਲਿਆ ਕੇ ਕਾਲਜ ਦੇ ਵਿੱਚ ਲਿਆਉਂਦੇ ਹੁਣ ਕੋਰਟ ਉਸ ਡਰੈਸ ਨੂੰ ਉਸ ਹਿਜਾਬ ਨੂੰ ਜਿਹੜਾ ਮਜ਼ਬ ਦਾ ਹਿੱਸਾ ਜੀ ਬੇਸਿਕਲੀ ਇਸਲਾਮਿਕ ਤਜ਼ੀਬ ਦਾ ਹਿੱਸਾ ਕੋਈ ਕਰੇ ਜਾਂ ਨਾ ਕਰੇ ਲੇਕਿਨ ਜੇ ਕੋਈ ਇੱਕ ਵੀ ਇਨਸਾਨ ਇਹ ਕਹਿੰਦਾ ਵੀ ਮੇਰਾ ਧਰਮ ਮੈਨੂੰ ਇਵੇਂ ਕਰਨ ਦੇ ਲਈ ਉਹਨਾਂ ਦੀ ਹਦਾਇਤ ਹੈ ਤੇ ਕਾਨੂੰਨ ਜਾਂ ਡੈਮੋਕ੍ਰੇਸੀ ਜਾਂ ਸੈਕੂਲਰ ਸਿਸਟਮ ਤਾਂ ਇਹ ਹੀ ਹੁੰਦਾ ਹੈ ਕਿ ਭਾਈ ਤੁਸੀਂ ਉਸ ਨੂੰ ਪੂਰਾ ਵੋਟੇਜ ਦਿੰਦੇ ਹੋ ਇੱਥੇ ਤਾਂ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਚ ਨੇ ਉਸ ਖੇਤੇ ਦੇ ਵਿੱਚ ਬੀਬੀਆਂ ਜਿਹੜੀਆਂ ਹਿਜਾਬ ਪਹਿਨਦੀਆਂ ਨੇ ਅੱਛਾ ਔਰ ਉਹਨਾਂ ਦਾ ਉਹ ਇੱਕ ਮਜ਼ਬੀ ਫੇਥ ਦਾ ਹਿੱਸਾ ਹੈ ਹੁਣ ਪਹਿਲਾਂ ਤਾਂ ਕਰਨਾਟਕਾ ਹਾਈ ਕੋਰਟ ਨੇ ਉਹਨੂੰ ਇਕੁਇਟ ਕਰਤਾ ਸ਼ਾਲਾ ਨਾਲ ਨਾਲ ਹੀ ਉਹਨਾਂ ਨੇ ਕਿਹਾ ਜੀ ਜਦੋਂ ਤੱਕ ਅਸੀਂ ਫੈਸਲਾ ਨਹੀਂ ਸੁਣਾਉਂਦੇ ਉਦੋਂ ਤੱਕ ਉਹ ਨਾ ਮਤਲਬ ਇਹ ਹੈ ਕਿ ਉਹਨਾਂ ਬੱਚੀਆਂ ਦੇ ਕਾਲਜ ਜਾਣ ਦੇ ਉੱਤੇ ਪਾਬੰਦੀ ਹੈ ਕਿ ਚੋਣ ਕਰੋ ਤੁਸੀਂ ਆਪਣੇ ਧਰਮ ਔਰ ਪੜ੍ਹਾਈ 'ਚੋਂ ਇੱਕ ਚੁਣੋ ਕਿ ਜੇ ਤੁਸੀਂ ਹਜਾਬ ਪਹਿਨਣਾ ਤਾਂ ਮਤ ਆਓ ਘਰਾਂ 'ਚ ਬੈਠੇ ਰਹੋ ਹੁਣ ਇੱਕ ਪਾਸੇ ਇਹੀ ਹਕੂਮਤ ਬੇਟੀ ਪੜ੍ਹਾਓ ਬੇਟੀ ਬਚਾਓ ਤੇ ਫਲਾਣੇ ਟਮਕੇ ਝੂਠੇ ਜਿਹੇ ਨਾਰੇ ਦਿੱਤੇ ਹੋਏ ਨੇ ਹੁਣ ਇਹ ਉਹਨਾਂ ਬੱਚੀਆਂ ਨੂੰ ਜਿਹੜਾ ਪੜ੍ਹਾਈ ਤੋਂ ਵਾਂਝੇ ਰੱਖਣਾ ਹੈ ਹੁਣ ਜੇ ਕਰਨਾਟਕਾ ਦੇ ਦੀ ਜੁਡੀਸ਼ਰੀ ਨੂੰ ਉਹਨਾਂ ਨੇ ਮੈਨੇਜ ਕੀਤਾ ਤੇ ਅੱਗੇ ਤੁਹਾਡੀ ਪਹੁੰਚ ਕਿੱਥੇ ਹੋਏਗੀ ਸੁਪਰੀਮ ਕੋਰਟ ਇੰਡੀਅਨ ਸੁਪਰੀਮ ਕੋਰਟ ਹੁਣ ਇੰਡੀਅਨ ਸੁਪਰੀਮ ਕੋਰਟ ਦੇ ਵਿੱਚ ਇਸ ਦੇ ਉੱਤੇ ਪੈਟੀਸ਼ਨ ਪਾਈ ਜਾਂਦੀ ਹੈ ਕਿ ਜੀ ਇਹ ਇਹਦੇ ਤੇ ਜਿਹੜਾ ਇੰਟਰਮ ਫੈਸਲਾ ਦਿੱਤਾ ਕਰਨਾਟਕਾ ਹਾਈ ਕੋਰਟ ਨੇ ਕਿ ਜੀ پابੰਦੀ ਹੈ ਇਹਦੇ ਤੇ ਰੋਕ ਲਾਓ ਹੁਣ ਸੁਪਰੀਮ ਕੋਰਟ ਦਾ ਵਰਤਾਰਾ ਦੇਖੋ ਸੁਪਰੀਮ ਕੋਰਟ ਅਗੇਨ ਰਿਫਿਊਜ਼ਸ ਟੂ ਇੰਟਰਵੀਨ ਔਨ ਕਰਨਾਟਕਾ ਹਿਜਾਬ ਰੋ ਚੀਫ ਜਸਟਿਸ ਆਫ ਇੰਡੀਆ ਸੇਜ਼ ਵੀ ਆਰ ਆਲਸੋ ਵਾਚਿੰਗ ਵਾਟਸ ਹੈਪਨਿੰਗ ਇਨ ਦਾ ਸਟੇਟ ਕਨਸਟੀਟਿਊਸ਼ਨਲ ਕਨਸਟੀਟਿਊਸ਼ਨਲ ਰਾਈਟਸ ਆਰ ਫਾਰ ਏਵਰੀਬਾਡੀ ਐਂਡ ਥਿਸ ਕੋਰਟ ਵਿਲ ਪ੍ਰੋਟੈਕਟ ਇਟ ਵੀ ਵਿਲ ਲਿਸਟ ਇਟ ਐਟ ਅਪਰੋਪਰੀਏਟ ਟਾਈਮ ਹੁਣ ਇਹ ਚੀਫ ਜਸਟਿਸ ਇੰਡੀਆ ਦਾ ਸੁਪਰੀਮ ਕੋਰਟ ਦਾ ਕਹਿ ਰਿਹਾ ਕਿ ਸਾਨੂੰ ਕੋਈ ਕਾਹਲੀ ਨਹੀਂ ਹੈ ਇਹ ਕੇਸ ਜਿਵੇਂ ਕਸ਼ਮੀਰ ਦੇ ਮੁੱਦੇ ਤੇ 2 ਸਾਲ ਤੋਂ ਕਾਲੀ ਨਹੀਂ ਹੈਗੀ ਬਿਲਕੁਲ ਕਿਉਂਕਿ ਲਗ ਲੈਣ ਦੇ ਕਿਉਂਕਿ ਇਹ ਉਵੇਂ ਹੀ ਕੰਮ ਕਰ ਰਹੇ ਨੇ ਜੋ ਇਹਨਾਂ ਨੂੰ ਆਰਐਸਐਸ ਦੀਆਂ ਹਦਾਇਤਾਂ ਨੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਜਿਹੜਾ ਇਹਦੇ ਵਿੱਚ ਵਾਚ ਕਰ ਰਹੇ ਅਸੀਂ ਕੋਈ ਕਾਲੀ ਨਹੀਂ ਹੈ ਇਹਨੂੰ ਅਸੀਂ ਠੁਕਵੇਂ ਟਾਈਮ ਦੇ ਉੱਤੇ ਲਾਵਾਂਗੇ ਸੋ ਇੱਕ ਪਾਸੇ ਤਾਂ ਜਿਹੜੀ ਤੁਹਾਨੂੰ ਅਦਾਲਤਾਂ ਤੋਂ ਰਾਹਤ ਦਾ ਸੀ ਕਿ ਜੀ ਮذਬੀ ਆਜ਼ਾਦੀ ਕਨਸਟੀਟਿਊਸ਼ਨ ਜਿਹੜਾ ਤੁਹਾਡੀ ਮذਬੀ ਆਜ਼ਾਦ ਉਹਦੇ ਵਿੱਚ ਕਰਨਾਟਕਾ ਹਾਈ ਕੋਰਟ ਤੁਹਾਡੀ ਆਜ਼ਾਦੀ ਖੋ ਰਿਹਾ ਹੈ ਸਪਰੀਮ ਕੋਰਟ ਉਹਦੇ ਤਾਂ ਇੰਟਰਵਿਨ ਕਰਨ ਨੂੰ ਤਿਆਰ ਨਹੀਂ ਹੈ ਕਿ ਜੀ ਅਸੀਂ ਵਾਚ ਕਰ ਰਹੇ ਹਾਂ ਹੁਣ ਇਸ ਸਾਰੇ ਦੇ ਥੱਲੇ ਅ ਡਿਬੇਟ ਕਿਸ ਕਿਸਮ ਦੀ ਜਿਹੜੀ ਕੰਗਨਾਰ ਰਣੌਤ ਇਹਨਾਂ ਨੇ ਕਿਸਾਨ ਮੂਵਮੈਂਟ ਨੂੰ ਡੈਨਿਗਰੇਟ ਕਰਨ ਦੇ ਲਈ ਜਿਸ ਨੂੰ ਖੁੱਲ ਕੇ ਵਰਤਿਆ ਉਸ ਨੇ ਇਸ ਦੇ ਉੱਤੇ ਜਿਹੜਾ ਟਵੀਟ ਕੀਤਾ ਔਰ ਉਸ ਦਾ ਅੱਗੋਂ ਫਿਰ ਸ਼ਬਾਨਾ ਆਜ਼ਮੀ ਉਹਨੇ ਜਵਾਬ ਦਿੱਤਾ ਔਰ ਇਹ ਉਹਦੇ ਚ ਉਹਨੇ ਉਹ ਕੰਗਨਾਰ ਰਣੌਤ ਕਹਿ ਰਹੀ ਹੈ ਕਿ ਬਈ ਜਿਹੜੀ ਉਸਨੇ ਅਫਗਾਨਿਸਤਾਨ ਦਾ ਹਵਾਲਾ ਦੇ ਕੇ ਕਿਹਾ ਕਿ ਇਹ ਦੇਖੋ ਕਿ ਜੀ ਕੀ ਅਫਗਾਨਿਸਤਾਨ ਚ ਜਿੱਥੇ ਕਿ ਇਹ ਪਹਿਨਣਾ ਹਾਂ ਉਹ ਇਹ ਕਹਿ ਰਹੀ ਹੈ ਕਿ ਇੰਸਟਾਗ੍ਰam ਅਕਾਊਂਟ ਦੇ ਉੱਤੇ ਜੇ ਤੁਹਾਡੇ ਚ ਹਿੰਮਤ ਹੈ ਤੁਸੀਂ ਹਿੰਮਤ ਦਿਖਾਣੀ ਹੈ ਤੇ ਅਫਗਾਨਿਸਤਾਨ ਚ ਬੁਰਕਾ ਨਾ ਪਹਿਨ ਕੇ ਦਿਖਾਓ ਆਜ਼ਾਦ ਹੋਣਾ ਸਿੱਖੋ पिਂਜੜੇ ਚ ਬੰਦ ਹੋਣਾ ਨਹੀਂ ਹੁਣ ਤੁਸੀਂ ਦੇਖੋ ਕਿ ਬਈ ਆਪ ਉਹਦੀ ਸ਼ਕਲ ਔਰ ਉਹਦੀਆਂ ਕਰਤੂਤਾਂ ਔਰ ਉਹਦਾ ਪਹਿਰਾਵਾ ਦੇਖੋ ਤੇ ਵੀ ਉਹ ਜਿਹੜੀ ਜਿਹਨੂੰ ਨਾਰੀ ਕਹਿੰਦੇ ਨੇ ਉਹਨੂੰ ਹੀ ਲੱਜ ਆਣ ਵਾਲੀ ਦਾ ਸ਼ਰਮ ਆਉਣ ਵਾਲੀ ਗੱਲ ਹੋਏ ਇਹ ਕਹਿ ਕੇ ਉਹ ਕਹਿੰਦੇ ਆ ਕਿ ਵੀ ਅਫਗਾਨਿਸਤਾਨ ਚ ਜਾ ਕੇ ਦੱਸੋ ਕਿ ਵੀ ਤੁਸੀਂ ਬੁਰਕਾ ਨਹੀਂ ਪਹਿਨਣ ਹੁਣ ਗੱਲ ਤਾਂ ਹੋ ਰਹੀ ਹੈ ਹਿਜਾਬ ਪਹਿਨਣ ਦੇ ਹੱਕ ਦੀ ਅਫਗਾਨਿਸਤਾਨ ਵਿੱਚ ਕਿੱਥੋਂ ਆ ਗਿਆ ਔਰ ਇਸ ਸਾਰੇ ਦੇ ਨਾਲ ਜਿਹੜਾ ਫਿਰ ਸ਼ਬਾਨਾ ਆਜ਼ਮੀ ਨੇ ਇਹ ਜਵਾਬ ਦਿੱਤਾ ਕਿ ਉਹਨਾਂ ਨੇ ਇਹ ਕਿਹਾ ਕਿ ਭਾਈ ਠੀਕ ਹੈ ਜੇ ਤੂੰ ਇਹ ਇਹ ਕਹਿੰਦੇ ਆ ਕਿ ਭਈ ਜੇ ਮੈਂ ਗਲਤ ਆ ਹਾਂ ਉਹਦਾ ਉਸ ਦੇ ਉੱਤੇ ਕਮੈਂਟ ਹੈ ਕਿ ਭਈ ਜੇ ਮੈਂ ਗਲਤ ਆ ਮੈਂ ਹੁਣੇ ਹੀ ਚੈੱਕ ਕੀਤਾ ਕਿ ਭਾਰਤ ਇੱਕ ਸੈਕੂਲਰ ਕੰਟਰੀ ਹੈ ਹਮ ਅਫਗਾਨਿਸਤਾਨ ਤਾਂ ਇੱਕ ਥੀਓਕ੍ਰੈਟਿਕ ਸਟੇਟ ਹੈ ਉਹ ਤਾਂ ਉਹਨਾਂ ਨੇ ਵੈਸੇ ਹੀ ਇਸਲਾਮਿਕ ਰਿਪਬਲਿਕ ਉਹਦਾ ਨਾਮ ਰੱਖਿਆ ਸ਼ਬਾਨਾਜ਼ ਮੀਨ ਨੇ ਕਿਹਾ ਮੈਂ ਤਾਜ਼ਾ-ਤਾਜ਼ਾ ਚੈੱਕ ਕੀਤਾ ਕਿ ਭਾਰਤ ਅਜੇ ਬਦਲਿਆ ਨਹੀਂ ਹੈ ਸੈਕੂਲਰਿਜ਼ਮ ਤੋਂ ਔਰ ਜੇ ਮੈਂ ਗਲਤ ਆ ਤਾਂ ਮੈਨੂੰ ਠੀਕ ਕਰੋ ਅਫਗਾਨਿਸਤਾਨ ਇੱਕ ਥੀਓਕ੍ਰੈਟਿਕ ਸਟੇਟ ਹੈ ਜੇ ਜਦੋਂ ਮੈਂ ਅਖੀਰਲੀ ਵਾਰ ਚੈੱਕ ਕੀਤਾ ਹੈ ਭਾਰਤ ਇੱਕ ਧਰਮ ਨਿਰਪੇਖ ਲੋਕਤੰਤ੍ਰਿਕ ਮੁਲਕ ਹੈ ਔਰ ਇਸ ਤੋਂ ਪਹਿਲਾਂ ਜਾਵੀਦ ਅਖਤਰ ਨੇ ਕਿਹਾ ਸੀ ਕਿ ਮੈਂ ਭਾਵੇਂ ਬੁਰਕੇ ਦਾ ਜਾਂ ਹਿਜਾਬ ਦਾ ਹਮਾਇਤੀ ਨਹੀਂ ਹੈ ਪਰ ਮੇਰੇ ਮਨ ਚ ਜਿਹੜੇ ਲੋਕ ਝੁੰਡ ਬਣਾ ਕੇ ਆਏ ਉਹਨਾਂ ਗੁੰਡਿਆਂ ਦੇ ਲਈ ਨਫ਼ਰਤ ਹੈ ਜਿਨ੍ਹਾਂ ਨੇ ਕੁਛ ਬੱਚੀਆਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨੇ ਕਿਹਾ ਵੀ ਉਹਨਾਂ ਦੀ ਮਰਦਾਨਗੀ ਦੀ ਸੋਚ ਤੇ ਮੈਨੂੰ ਜਿਹੜਾ ਉਹ ਤਰਸ ਆਉਂਦਾ ਹੈ ਔਰ ਇਸ ਦੇ ਨਾਲ ਨਾਲ ਜਿਹੜੇ ਹੁਣ ਅਸੀਂ ਦੇਖਿਆ ਵੀ ਇੱਕ ਪਾਸੇ ਤਾਂ ਇਹ ਡਿਬੇਟ ਉਹਨਾਂ ਨੇ ਇੱਕ ਪਾਸੇ ਸ਼ੁਰੂ ਕਰ ਦਿੱਤੀ ਕੁਝ ਉਹ ਨੇ ਜਿਹੜੀਆਂ ਖੁੱਲ ਕੇ ਜਿਵੇਂ ਹਿਮਾ ਮਾਲ ਨਹੀਂ ਹੁਣ ਬਹੁਤ ਵਾਰੀ ਧਰਮਿੰਦਰ ਤੇ ਉਹਦੇ ਨਾਲ ਉਹ ਹਿਮਾ ਮਾਲ ਨਹੀਂ ਕਹਿੰਦੀ ਹੈ ਸਕੂਲ ਪੜਾਈ ਲਈ ਹੈ ਉੱਥੇ ਧਾਰਮਿਕ ਮੁੱਦਿਆਂ ਨੂੰ ਨਹੀਂ ਚੁੱਕਿਆ ਜਾਣਾ ਚਾਹੀਦਾ ਹਰ ਸਕੂਲ ਦਾ ਇੱਕ ਯੂਨੀਫਾਰਮ ਹੁੰਦਾ ਉਹਦਾ ਸਤਕਾਰ ਕਰਨਾ ਚਾਹੀਦਾ ਸਕੂਲ ਤੋਂ ਬਾਹਰ ਜੋ ਤੁਸੀਂ ਮਰਜ਼ੀ ਪਹਿਨੋ ਹੁਣ ਮਤਲਬ ਉਹ ਵੀ ਖਲੋਗੇ ਹੀ ਕਿ ਨਹੀਂ ਜੇ ਜਾਬ ਦਾ ਕੋਈ ਹੱਕ ਨਹੀਂ ਹੈ ਫਿਰ ਜਿਹੜੀ ਹੈ ਮਨੀਸ਼ ਮੁੰਦਰਾ ਜਿਹਨੇ ਮਸਾਨ ਤੇ ਅੱਖੋਂ ਦੇਖੀ ਵਰਗੀਆਂ ਫਿਲਮਾਂ ਬਣਾਈਆਂ ਉਹ ਕਹਿੰਦੇ ਆ ਹਿਜਾਬ ਪਰ ਹਿਜਾਬ ਤੇ ਬੈਨ ਲੱਗਣਾ ਚਾਹੀਦਾ ਹੈ ਇਹ ਪਿੱਛੇ ਨੂੰ ਧੱਕਣ ਵਾਲੀ ਚੀਜ਼ ਹੈ ਇਹ ਤੁਹਾਨੂੰ ਪਿੱਛੇ ਲੈ ਕੇ ਜਾਂਦੀ ਹੈ ਔਰ ਇਸ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਹੁਣ ਇੱਕ ਪਾਸੇ ਅਸੀਂ ਇਹ ਦੇਖਦੇ ਆ ਹੁਣ ਇਹਨਾਂ ਚਲਾਕ ਲਿਬਰਲਸ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਜੇ ਅਸੀਂ ਕਿਸੇ ਧਰਮ ਨਾਲ ਨਹੀਂ ਆ ਅਸੀਂ ਤਾਂ ਨਿਰਪੱਖ ਗੱਲ ਕਰਦੇ ਆ ਜੀ ਉਹ ਹਜਾਬ ਨੂੰ ਪੱਗ ਦੇ ਨਾਲ ਕੰਪੇਅਰ ਕਰਨ ਤੱਕ ਤਾਂ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਹਿੰਦੂ ਤਵੀਆਂ ਨੂੰ ਹੁਣ ਇੱਕ ਪਾਸੇ ਤਾਂ ਉਹਨਾਂ ਨੇ ਪਾਬੰਦੀ ਦੀ ਗੱਲ ਕੀਤੀ ਹੈ ਤੇ ਦੂਸਰੇ ਪਾਸੇ ਲੈ ਕੇ ਜਾਓ ਪਰ ਇਸ ਲਾਈਨ ਨੂੰ ਸ਼ੁਰੂ ਕਰ ਲਿਆ ਜਿਹੜੀ ਸੋਨਮ ਕਪੂਰ ਇਫ ਟਰਬਨ ਕੈਨ ਬੀ ਅ ਚੋਇਸ ਦੈਨ ਵਾਈ ਨਾਟ ਹਜਾਬ ਹੁਣ ਆਪਣੇ ਵੱਲੋਂ ਉਹ ਇਹ ਦੱਸ ਰਹੀ ਹੈ ਕਿ ਮੈਂ ਹਜਾਬ ਦੀ ਹਮਾਇਤ ਕਰਦੀ ਪਰ ਤੁਸੀਂ ਇਹਦੇ ਚ ਤਾਂ ਪੱਗ ਦੇ ਨਾਲ ਤੇ ਇਸ ਦਾ ਕੋਈ ਤਾਲੁਕ ਨਹੀਂ ਹੈ ਹਾਲਾਂ ਅਸੀਂ ਪਹਿਲੇ ਦਿਨ ਹੀ ਇਹ ਕਿਹਾ ਸੀ ਕਿ ਭਾਈ ਸੇ ਕੌਮ ਨਾਲ ਖਲੋਏ ਖਲੋਤੀ ਵੀ ਹੈ ਕਿ ਅੱਜ ਹਿਜਾਬ ਤੇ ਪਾਬੰਦੀ ਹੈ ਕੱਲ ਨੂੰ ਪੱਗ ਤੇ ਵੀ ਹੋਏਗੀ ਪੰਜ ਕਕਾਰਾਂ ਦੇ ਵੀ ਹੋਏਗੀ ਸਾਡਾ ਪਹਿਲਾ ਸ਼ੋਅ ਹੀ ਇਸ ਦੇ ਉੱਤੇ ਸੀ ਪਰ ਇਹ ਉਸ ਦੇ ਉੱਤੇ ਜਿਹੜੀ ਆ ਕੇ ਕਹਿੰਦੀ ਹੈ ਕਿ ਸੋਨਮ ਨੇ ਆਪਣੀ ਇਹਦੇ ਤੇ ਪੋਸਟ ਕੀਤੀ ਹੈ ਕਿ ਇਹ ਜਿਹੜੀ ਹੈ ਇਹ ਦਿਸ ਇਜ਼ ਟੂ ਡਿਸਟਰਬ ਕੁਆਲਿਟੀ ਇੰਟੈਗਰਿਟੀ ਐਂਡ ਪਬਲਿਕ ਲਾਅ ਐਂਡ ਆਰਡਰ ਔਰ ਜੇ ਇਹਦੇ ਤੇ ਪਾਬੰਦੀ ਹੈ ਫਿਰ ਫਗ ਤੇ ਵੀ ਲੱਗਣੀ ਚਾਹੀਦੀ ਕਹਿਣਾ ਇਹ ਚਾਹੁੰਦੇ ਨੇ ਕਿ ਭਾਈ ਇਸ ਸਾਰਿਆਂ ਨੂੰ ਇਵੇਂ ਕੀਤਾ ਜਾਏ ਔਰ ਜਿਵੇਂ ਮੈਂ ਕਿਹਾ ਕਿ ਇਹ ਹਿਜਾਬ ਦੀ ਕੰਟਰੋਵਰਸੀ ਐਕਚੁਅਲੀ ਇਹਨਾਂ ਨੇ ਖੜੀ ਇਸ ਲਈ ਕੀਤੀ ਹੈ ਕਿ ਇਹਨਾਂ ਨੇ ਯੂਨੀਫਾਰਮ ਸਿਵਲ ਕੋਡ ਤਾਂ ਕਿ ਮੁਸਲਮ ਪਰਸਨਲ ਲਾਅ ਸਭ ਖਤਮ ਕਰੋ ਔਰ ਉਹਨਾਂ ਨੂੰ ਕਰੋ ਰੇਸਤੇ ਉੱਤੇ ਜਿਹੜੀ ਹੈ ਈਵਨ ਜਿਹੜਾ ਇੱਕ ਬੜਾ ਵੋਕਲ ਬਕਵਾਸ ਕਰਨ ਵਾਲਾ ਭਾਜਪੀ ਦਾ ਲੀਡਰ ਹੈ ਗਿਰੀ ਰਾਜ ਸਿੰਘ ਉਹਨੇ ਇਸ ਦੇ ਉੱਤੇ ਰਾਜ ਸਭਾ 'ਚ ਖੋਲੋ ਕੇ ਇਹ ਬਿਆਨ ਵੀ ਦਿੱਤਾ ਹੈ ਕਿ ਭਾਈ ਇਸ ਜਿਹੜੇ ਯੂਨੀਫਾਰਮ ਸਿਵਲ ਕੋਡ ਇਸ ਆ ਨੀਡ ਆਫ ਦਾ ਆਵਰ ਅਟੈਂਪਟਸ ਆਰ ਬੀਇੰਗ ਮੇਡ ਟੂ ਬ੍ਰੇਕ ਦਾ ਕੰਟਰੀ ਓਨ ਦਾ ਨੇਮ ਆਫ ਰਿਲੀਜੀਅਨ ਐਂਡ ਰੀਜਨ ਜੀ ਜੀ ਦੇਖੋ ਮੁਲਕ ਨੂੰ ਮਜ਼ਬ ਦੇ ਨਾਂ ਤੇ ਤੋੜਿਆ ਜਾ ਰਿਹਾ ਹੈ ਔਰ ਦਿਸ ਇਸ ਦਾ ਟਾਈਮ ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਬਣਾਓ ਔਰ ਸਾਡੇ ਭੈਣ ਜੀ ਅਮਨਜੀਤ ਅਮਨਜੋਤ ਕੌਰ ਔਰਾਂ ਨੇ ਇਸ ਦੇ ਉੱਤੇ ਸਾਨੂੰ ਲਿਖਤ ਵੀ ਲਿਖੀ ਹੈ ਖਾਸ ਤੌਰ ਤੇ ਉਹਨਾਂ ਨੇ ਇਹ ਜਿਹੜੇ ਡੂਬੀਅਸ ਕਿਸਮ ਦੇ ਲਿਬਰਲ ਦੇ ਫੇਕ ਸੈਕੂਲਰ ਨੇ ਉਹਨਾਂ ਦੇ ਹਵਾਲੇ ਨਾਲ ਕਿਹਾ ਕਿ देयर इज ए ड्यूबियस एजेंडा बाय लिबरल्स लेफ्टिस्ट फੇਕ ਸੈਕੂਲਰਸ ਐਂਡ ਸਮ ਮੁਸਲਮਸ ਐਂਡ ਫਰਾਡ लेफ्टिस्ट ਔਰ ਸੈਕੂਲਰ ਸਿਕਸ ਇਨ ਇੰਡੀਆ ਟੂ మేక్ ਇਟ ਸਿਕਸ ਵਰਸਸ ਮੁਸਲਮਸ ਇਨ ਕਰਨਾਟਕਾ ਹਜਾਬ ਰੋਕ ਕੇ ਵੀ ਤੁਸੀਂ ਇਸ ਇਸ਼ੂ ਨੂੰ ਹਿੰਦੂ ਤਵੀਆਂ ਦੀ ਉਸ ਇਨਟੋਲਰੇਂਸ ਚੋਂ ਕੱਢ ਕੇ ਉਹਨੂੰ ਇਸ਼ੂ ਹੀ ਜਿਹੜਾ ਹੈ ਹਜਾਬ ਵਰਸਸ ਟਰਬਨ ਬਣਾ ਦਿਓ ਅੱਛਾ ਦੀ ਸੋਨਮ ਕਪੂਰ ਐਮੀ ਕਾਮਜ਼ਨ कविता कृष्णन एटसेट्रा आर पोस्टिंग पिक्चर्स ऑफ अमृतधारी सिक्स विद देयर टर्बन्स एंड किरपंस अलोंग विद पिक्चर्स ऑफ हिजाबी मुस्लिम वुमेन सेइंग हाउ कम वन इज अलाउड एंड अदर इज नॉट सो ओ डिबेटर भी तुसी एक वखरे पासे ले जा रहे हैं दे आर डेलिबरेटरी नॉट आस्किंग हाउ कम कुंगट तिलक कलावा मौली तुलसी माला मेहंदी नोज पिंस इयररिंग्स सिंदूर ਮੰਗਲ ਮੰਗਲ ਸੂਤਰਾ ਅਰ ਅਲਾਉਡ ਬਟ ਨਾਟ ਹਿਜਾਬ ਮੇਰੇ ਸਵਾਲ ਹੀ ਕਰਨਾ ਹੈ ਤੇ ਤੁਸੀਂ ਕਹੋ ਜੀ ਕਿ ਵੀ ਇਹ ਹੁੰਗਟ ਵੀ ਅਲਾਉ ਹੈ ਤਿਲਕ ਵੀ ਅਲਾਉਡ ਹੈ ਮੌਲੀ ਦਾ ਧਾਗਾ ਵੀ ਬੰਨਿਆ ਹੁੰਦਾ ਅੱਧੀ ਬਾਹ ਲਪੇਟੀ ਹੁੰਦੀ ਹੈ ਤુલਸੀ ਮਾਲਾ ਵੀ ਹੈ ਮਹਿੰਦੀ ਵੀ ਹੈ ਮੰਗਲ ਸੂਤਰ ਵੀ ਪਾਇਆ ਹੋਇਆ ਇਅਰ ਰਿੰਗਸ ਨੇ ਸੰਧੂਰ ਨੇ ਵੀ ਇਹ ਜਿਆਦਾ ਇਹ ਕਹੋ ਜੀ ਇਹਨਾਂ ਸਾਰਿਆਂ ਦੀ پابੰਦੀ ਲਾਓ ਜੇ ਹੁਣ ਸਭ ਸਭ ਦੇ ਮੰਗਲ ਸੂਤਰ ਲਵਾਓ ਫਿਰ ਦੇਖੋ ਕਿ ਵੀ ਪੰਡਤ ਕਿਵੇਂ ਜਿਹੜੇ ਨੇ ਉਹ ਸਰਾਫ ਦਿੰਦੇ ਨੇ ਕਿ ਭਾਈ ਇਹ ਤਾਂ ਹੁਣ ਸੁਆਗਣ ਨਹੀਂ ਰਹੀ ਉਹਨਾਂ ਨੇ ਕਿਹਾ ਦੇ ਆਰ ਪਿਟਿੰਗ ਵਨ ਮਾਈਨੋਰਟੀ ਅਗੇਂਸਟ ਦ ਅਦਰ ਐਜ਼ ਅ ਫੌਨਲੀ ਸਿਕਸ ਐਂਡ ਮੁਸਲਮਜ਼ ਵੀ ਆਰ ਰਿਲੀਜੀਅਸ ਸਿੰਬल्स ਐਂਡ ਹਿੰਦੂਜ਼ ਡੂ ਨਾਟ ਉਹ ਇਹ ਪ੍ਰਭਾਵ ਦੇ ਰਿਹਾ ਨਾ ਕਿ ਜੀ ਜਿਵੇਂ ਸਿੱਖ ਤੇ ਮੁਸਲਮਾਨਾਂ ਨੇ ਹੀ ਜਿਹੜਾ ਉਹ ਰਿਲੀਜੀਅਨ ਨੂੰ ਸਲੀਵਸ ਤੇ ਬੰਨਿਆ ਹੁੰਦਾ ਬਾਕੀਆਂ ਨੇ ਨਹੀਂ ਵਨ ਸਿਕ ਕਾਲਮਨਿਸ ਹੈਜ਼ ਪੁਟ ਇਟ ਸੈਂਕਟਲੀ ਵਾਟ ਅਜੈਂਡਾ ਆਫ ਲਿਬਰਲ ਜਿਸ ਇਹ ਜਿਹੜੇ ਨੇ ਆਥਰ ਵੀ ਨੇ ਇਥੋਂ ਅਮਰੀਕਾ ਤੋਂ ਹੀ ਗਏ ਉਹਨਾਂ ਦੀ ਬੜੀ ਅੱਛੀ ਟਵੀਟ ਸੀ ਇਹਦੇ ਤੇ ਆਈ ਐਮ ਆਲਸੋ ਸ਼ੌਕਟ ਐਟ ਹਿਪੋਕ੍ਰੇਸੀ ਆਫ ਸਿਕਸ Who claim to be secular or progressive or feminist same people who mocked 5k's unshorn here and practice of using kor or singh in name of mocked bringing sikh symbols at kisan morcha are now supporting right to wear hijab ਉਹਨਾਂ ਨੇ ਕਿਹਾ ਦੇਖ ਲਓ secular ਕਿਸਮ ਦੇ ਸਿੱਖ ਵੀ ਜਿਹੜੇ ਸਿੰਘੂ ਬੋਰਡਰ ਉਹਨਾਂ ਨੂੰ ਸੀ ਜਿਵੇਂ ਕਿ ਜੀ ਇਹ ਧਰਮ ਘਰ ਸਿੱਖੀ ਆਪਣੀ ਘਰ ਛੱਡ ਕੇ ਆਓ ਇਹਨੂੰ ਬਿਲਕੁਲ ਨਿਸ਼ਾਨ ਦੂਜਾ ਜਕਾਰਾ ਵੀ ਨਾ ਲਾਓ ਸਿਰਫ ਕਿਸਾਨਾਂ ਦੀ ਗੱਲ ਕਰੋ ਉਹ ਹੁਣ ਨਿਕਲ ਕੇ ਉਹਨਾਂ ਨੂੰ ਕਿਉਂਕਿ ਨਾ ਉਹ ਉਦੋਂ ਵੀ ਹਕੂਮਤ ਨੂੰ ਖੁਸ਼ ਕਰ ਰਹੇ ਸੀ ਹੁਣ ਉਹ ਆਪਣੀ ਹੋਂਦ ਦਿਖਾ ਰਹੇ ਨੇ ਜੀ ਦੇਖੋ ਅਸੀਂ ਬੜੇ ਫ੍ਰੀ ਮਾਈਂਡਡ ਹੈ ਦਰਸ਼ਨਪਾਲ ਐਂਡ ਅਦਰ ਲੈਫਟਿਸਟ ਲੀਡਰਸ ਆਫ ਕਿਸਾਨ ਮੋਰਚਾ ਵੋ ਆਸਕਡ ਸਿਕਸ ਟੂ ਕੀਪ ਅਵੇ ਪੰਥਕ ਐਲੀਮੈਂਟਸ ਐਂਡ ਡਿਸਐਲੌਡ ਐਂਡ ਡਿਸਓਨਡ ਸਿਕਸ ਐਟ ਰੈਡ ਫੋਰਟ ਐਂਡ ਕਾਲਮਨਿਸਟ ਲਾਈਕ ਹਰਤੋਸ਼ ਬਲ ਅਮਨਦੀਪ ਸੰਧੂ who call six orthodox for five k's are now supporting ਕਿ ਇਹਨਾਂ ਦਾ ਵੀ ਦੇਖੋ ਕਈ ਵਾਰੀ ਜਦੋਂ ਕੋਈ ਟੈਸਟ ਹੁੰਦਾ ਨਾ ਕਈਆਂ ਦੇ ਚਿਹਰੇ ਬੇਨਕਾਬ ਹੁੰਦੇ ਨੇ ਇਹ ਸਾਰਿਆਂ ਦੇ ਬੇਨਕਾਬ ਹੋ ਰਹੇ ਨੇ ਔਰ ਇਹਦੇ ਤੇ ਵਰਲਡ ਸਿੱਖ ਨਿਊਜ਼ ਚ ਸਰ ਜਗਮਉਂਦ ਸਿੰਘ ਨੇ ਉਹਨਾਂ ਨੇ ਵੀ ਸ਼ੇਖਰ ਗੁਪਤਾ ਯੁਗਿੰਦਰ Yadav ਐਂਡ ਹਿਜਾਬ ਰੋ ਉਹਨਾਂ ਨੇ ਬੜੀ ਡੀਟੇਲ ਰਿਪੋਰਟ ਕੀਤੀ ਹੈ ਉਹਨਾਂ ਨੇ ਕਿਹਾ ਵੀ ਸ਼ੇਖਰ ਗੁਪਤਾ ਉਹ ਹੀ ਜਿਹੜਾ ਕੱਟ ਦਾ ਕਲੈਕਟਰ ਵਾਲਾ ਜੀ ਉਹ ਹੂੰਗੜ ਤੇ ਪੱਗ ਨੂੰ ਕੰਪੇਅਰ ਕਰ ਰਿਹਾ ਔਰ ਇਹ ਕਹਿ ਰਿਹਾ ਕਿ ਜੇ ਇਹ ਪੋਲੀਟਿਸਾਈਜ਼ ਨਾ ਕਰੋ ਇਹਨੂੰ ਪੋਲੀਟਿਸਾਈਜ਼ ਤਾਂ ਅਜੈਂਡਾ ਹੀ ਛੇ ਨੇ ਕੀਤਾ ਉਹਨਾਂ ਦਾ ਪੋਲੀਟੀਕਲ ਅਜੈਂਡਾ ਹੈ ਇਹਨੂੰ ਜਿਹੜਾ ਡੈਨਿਗਰੇਟ ਕਰਨ ਲਈ ਮੁਸਲਮਾਨਾਂ ਨੂੰ ਇਸਲਾਮ ਨੂੰ ਔਰ ਬਾਕੀ ਕੱਟ ਗਿਣਤੀਆਂ ਨੂੰ ਫਿਰ ਉਹਨੇ ਕਿਹਾ ਵਾਈ ਵਾਟ ਇਜ਼ ਦਿਸ ਡਬਲ ਸਟੈਂਡਰਡ ਦਿਸ ਯੂਜ਼ ਐਂਡ ਥਰੋ ਪੋਲਿਸੀ ਏਮਡ ਐਟ 6 ਐਂਡ ਡ੍ਰੈਗਿੰਗ 6 ਸਿੰਬल्स ਇਨ ਹਿਜਾਬ ਰੋਜ਼ ਕੰਡੈਮਨੇਬਲ ਐਂਡ ਹਿਪੋਕ੍ਰੀਸੀ ਏ ਜਿਹੜਾ ਇਸ ਦੀ ਨਖੇਦੀ ਔਰ ਇਹ ਉਹ ਦੋ ਆਪਣੇ ਜਿਹਨੂੰ ਕਹਿੰਦੇ ਨੇ ਦੋ ਮੂੰਹੇ ਸੱਪ ਵਾਲਾ ਇਹ ਆਪਣਾ ਰੂਪ ਦਿਖਾ ਰਹੇ ਨੇ ਸਿੱਖ ਸ਼ੁਡ ਸਪੋਰਟ ਰਾਈਟ ਟੂ ਫ੍ਰੀडम ਆਫ ਰਿਲੀਜੀਅਨ ਬਟ ਨਾਟ ਅਲਾਉ ਐਨੀ ਵਨ ਐਲਸ ਟੂ ਸਕੇਪ ਗੋਟਾਸ ਫਰ ਕੁਐਸਚਨ ਵਾਈ ਵੀ ਸ਼ੁਡ অর ਸ਼ੁਡ ਨਾਟ ਵੇਅਰ आवर ਸਿਮ ਅਸੀਂ ਖਲੋਤੇ ਨਾਲ ਪਰ ਇਹ ਨਹੀਂ ਹੈ ਵੀ ਸਾਨੂੰ ਉਹ ਡਿਫੈਂਸਿਵ ਹਿੰਦੂਤਵੀ ਔਰ ਇਹਨਾਂ ਦੇ ਸੋ ਕਾਲਡ ਸੈਕੂਲਰਿਸਟ ਕਰ ਦੇ ਜੀ ਤੁਸੀਂ ਦੱਸੋ ਤੁਸੀਂ ਪੱਗ ਕਿਉਂ ਬੰਨਦੇ ਹੋ ਜਾਂ ਅਸੀਂ ਕਿਉਂ ਇਹ ਇਹਨਾਂ ਨੂੰ ਜਿਹੜਾ ਉਹ ਇੱਕ ਡਿਫੈਂਸਿਵ ਮੋਡ ਦੇ ਵਿੱਚ ਆ ਕੇ ਇਸ ਨੂੰ ਕਰੀ ਆਸਕ ਥੀਸ ਲਿਬਰਲ ਕਾਲਮਿਨਿਸਟ ਐਂਡ ਐਕਟਿਵਿਸਟ ਟੂ ਕੁਐਸਚਨ ਹਿੰਦੂ ਸਿੰਬल्स ਫਸਟ ਇਨਸਟੈਡ ਆਫ ਡ੍ਰੈਗਿੰਗ ਸਿੱਖਸ ਇਨ ਹਜਾਬ ਰੋ ਔਰ ਆਸਕਿੰਗ ਟੂ ਬੈਨ ਸਿੱਖ ਟਰਬਨਸ ਐਂਡ ਕਿਰਪਾਨਸ ਔਰ ਬੀਅਰਡ ਆਲਸੋ ਇਫ ਥੇਅਰ ਇਜ਼ ਅ ਬੈਨ ਔਨ ਹਜਾਬ ਉਹਨਾਂ ਨੇ ਕਿਹਾ ਜੇ ਵੀ ਪਹਿਲਾਂ ਉਹਨਾਂ ਨੂੰ ਕਹੋ ਕਿ ਵੀ ਹਿੰਦੂ ਸਿੰਬल्स ਦੇ ਉੱਤੇ ਚੁੱਕੋ ਲੋਹਾਓ ਸਭ ਦੇ ਮੰਗਲ ਸੂਤਰ ਤੇ ਦੂਜੇ ਤੀਜੇ ਉਲਾ ਵੀ ਦੇਣਗੇ ਉਹ ਤਾਂ ਪਹਿਲਾਂ ਵੀ ਐਵੇਂ ਹੀ ਨੇ ਲੇਕਨ ਇਹ ਗੱਲ ਔਰ ਇਹਦੇ ਵਿੱਚ ਬਿਲਕੁਲ ਠੀਕ ਹੈ ਕਿ ਬੜੀ ਚਲਾਕੀ ਦੇ ਨਾਲ ਇਕੱਲਾ ਇਹ ਹੀ ਨਹੀਂ ਹੁਣ ਜਦੋਂ ਕਰਨਾਟਕਾ ਹਾਈ ਕੋਰਟ ਕਹਿੰਦਾ ਹੈ ਕਿ ਰਿਲੀਜੀਅਸ ਅਟਾਇਰ ਔਰ ਰਿਲੀਜੀਅਸ ਕਲੋਥ ਸਟੂਡੈਂਟ ਵੀ ਔਰ ਕਲੋਥ ਕਹਿ ਰਿਹਾ ਉਹਨੂੰ ਮਤਲਬ ਉਹ ਉਹਨੂੰ ਇਵੇਂ ਕਰ ਰਿਹਾ ਜਿਵੇਂ ਔਰ ਸ਼ਾਲ ਨਾਲ ਕੇਸਰੀ ਉਹਨਾਂ ਦੀ ਭਗਵੀ ਸ਼ਾਲ ਨਾਲ ਇਕਵੇਟ ਕਰ ਰਿਹਾ ਔਰ ਉੱਥੋਂ ਖਿੱਚ ਕੇ ਹੁਣ ਉਹ ਵਿੱਚ ਦਸਤਾਰ ਔਰ ਪੰਜ ਕਕਾਰ ਵੀ ਲੈ ਆ ਰਹੇ ਨੇ ਔਰ ਇਹ ਜਿਹੜੇ ਆਪਣੇ ਆਪ ਨੂੰ ਸੈਕੂਲਰ ਕਹਿਣ ਵਾਲੇ ਨੇ ਔਰ ਆਪਣੇ ਆਪ ਨੂੰ ਲਿਬਰਲ ਕਹਿਣ ਵਾਲੇ ਉਹਨਾਂ ਨੇ ਸਿੱਖ ਵੀ ਸ਼ਾਮਿਲ ਨੇ ਉਹ ਵੀ ਉਸ ਡਿਬੇਟ ਨੂੰ ਉਸ ਡਾਇਰੈਕਸ਼ਨ ਚ ਲੈ ਜਾ ਰਹੇ ਨੇ ਸੋ ਅਸੀਂ ਪੰਜੀ ਅਮਨਜੋਤ ਕੌਰ ਜੀ ਦਾ ਸ਼ੁਕਰੀਆ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਆਥੇ ਲੈਂ ਨਾ ਬ੍ਰੇਕ ਈਵਰਸ ਅਤੋਂ ਸਾਨੀ ਸੇ ਤਰ੍ਹਾਂ ਜੁੜੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ